ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਚਲਾਏਗੀ ਨਾਗਰਿਕ ਨਾਫਰਮਾਨੀ ਲਹਿਰ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਨੂੰ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ 15 ਜੁਲਾਈ 2011 ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ਼ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਸਾਡੇ ਸਿਵਿਆਂ ਤੇ ਬਹਿ ਕੇ ਸੇਕੇ ਓਏ ਤੂੰ ਰੋਟੀਆਂ ਸਿਆਸੀ ਸਾਨੂੰ ਕਿਹੜੇ ਮੂੰਹ ਨਾ ਆਖਦਾ ਏ ਭੁੱਲ ਜਾਓ 84 ਸਾਡੇ ਚਿਹਰਿਆਂ ਤੇ ਸ਼ਾਈ ਤੈਨੂੰ ਕਿਸੇ ਨਾ ਉਦਾਸੀ ਸਾਨੂੰ ਆਉਂਦਾ ਨੀ ਯਕੀਨ ਇਸੇ ਦੇਸ਼ ਦੇ ਆਵਾਸੀ ਜ਼ਾਲਮ ਕਟਾਰ ਸਾਡੇ ਖੂਨ ਦੀ ਪਿਆਸੀ ਸਾਡੀ ਹਾਲੇ ਵੀ ਨਹੀਂ ਹੁੰਦੀ ਝੂਠੇ ਕੇਸਾਂ ਤੋਂ ਖਲਾਸੀ ਜਿੰਨੇ ਵੀ ਮੇਰੇ ਵੀਰੋ ਆਪਸੀ ਜਜ਼ਬਾਤ ਆਪਸੀ ਪਿਆਰ ਆਪਸੀ ਸਤਿਕਾਰ ਸਾਹਮਣੇ ਰੱਖ ਕੇ ਇਹ ਜੋ ਲੜਾਈ ਹੈ ਕਾਤਲਾਂ ਵੱਲ ਸੇਧ ਨਹੀਂ ਕਰ ਦਿਓ ਔਰ ਜੋ ਕਾਤਲ ਨੇ ਕਾਤਲਾਂ ਨੂੰ ਜੋ ਸ਼ਹਿ ਦੇਣ ਵਾਲੇ ਨੇ ਔਰ ਜਿਹੜੇ ਸਾਡੇ ਵਿੱਚ ਐਸੀ ਜੋ ਮਾੜੇ ਲੋਕ ਨੇ ਜਿਹੜੇ ਉਹਨਾਂ ਕਾਤਲਾਂ ਦੇ ਨਾਲ ਰਲ ਕੇ ਉਹਨਾਂ ਦੇ ਨਾਲ ਭਿਆਲੀ ਪਾਈ ਬੈਠੇ ਨੇ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਜਾਂਦੀ ਹੈ। ਸਿੱਖ ਕੌਮ ਨੇ ਨਾ ਕਦੀ ਕਾਤਲਾਂ ਨੂੰ ਬਖਸ਼ਿਆ ਹੈ ਨਾ ਕਦੀ ਗਦਾਰਾਂ ਨੂੰ ਬਖਸ਼ਿਆ ਹੈ। ਉਹ ਦੁੱਖ ਦੇਵੇਂਗਾ ਤੇ ਪਿਆਰ ਦਾ ਪੈਗਾਮ ਕਿਵੇਂ ਆਊ ਜੇ ਤੂੰ ਮਲਮਾ ਨਾ ਲਾਈਆਂ ਤੇ ਆਰਾਮ ਕਿਵੇਂ ਆਊ ਜੇ ਤੂੰ ਮਲਮਾ ਨਾ ਲਾਈਆਂ ਤੇ ਆਰਾਮ ਕਿਵੇਂ